ਲੰਗਰ ਸ਼ੁਰੂ ਹੋ ਰਿਹਾ, ਲੇਕਿਨ ਸ਼ੁਰੂ ਹੁੰਦੇ ਹੀ ਮਰੀਜ਼ਾਂ ਦੇ ਲਈ ਦਵਾਈਆਂ ਦੇ। ਹਾਂਜੀ ਭਾਅ ਜੀ, ਕਿਆ ਹੋ ਗਿਆ? ਕਿੰਨੇ ਦਾ ਟਾਈਮ ਦੇਈਏ ਆਪਾਂ? ਸ਼ਾਮ ਦਾ 5 ਵਜੇ ਦਾ। ਕਿਡਨੀ ਫੇਲੀਅਰ ਜੋ ਪੇਸ਼ੈਂਟ ਹੁੰਦੇ ਆ, ਕਿਡਨੀ ਦੇ ਇਸ਼ੂ ਨਾਲ ਜੂਝ ਰਹੇ, ਉਹਨਾਂ ਲਈ ਇੱਕ ਸਪੈਸ਼ਲ ਸੁਨੇਹਾ ਦੇ ਰਹੇ ਹਾਂ, ਸ਼ੇਅਰ ਕਰਨਾ ਤੁਹਾਡਾ ਫਰਜ਼ ਹੈ। ਆਪਾਂ ਸੋਚਦੇ ਸਿਰਫ ਡਾਕਟਰ ਨੇ ਕਿਡਨੀ ਟ੍ਰਾਂਸਪਲਾਂਟ ਕਰਤੀ ਔਰ ਪੇਸ਼ੈਂਟ ਹੁਣ ਬਚ ਜਾਏਗਾ, ਹੁਣ ਠੀਕ ਹੋ ਜਾਏਗਾ, ਏਦਾਂ ਨਹੀਂ ਹੈਗਾ। ਜਿੱਥੇ ਲੋ ਬਾਕੀ ਪੇਸ਼ੈਂਟ ਗੁਰਦੁਆਰੇ ਵਿੱਚ ਪੀਜੀਆਈ ਗੁਰਦੁਆਰੇ ਵਿੱਚ ਮਸਾਲੇਦਾਰ ਸਬਜ਼ੀਆਂ ਰੋਟੀ ਖਾ ਰਹੇ ਸੀ ਨਾ, ਇਹ ਪੇਸ਼ੈਂਟ ਉਸ ਵੀ ਇਹਦੇ ਬੱਚੀ ਦੀ ਕਿਡਨੀ ਫੇਲੀਅਰ ਹੋਇਆ ਸੀ ਔਰ ਇਹ ਮਰੀਜ਼ਾਂ ਦਾ ਖਾਣਾ ਪੀਜੀਆਈ 'ਚ ਆਪ ਲੱਭ ਕੇ ਜਾਂਦਾ ਸੀ। ਭਾਅ ਜੀ ਕੋਈ ਕੋਨਾ ਨਹੀਂ ਛੱਡਿਆ ਨਾ, ਮਿਹਨਤ ਬੜੀ ਕੀਤੀ ਹੈ ਨਾ, ਬੱਚੇ ਬਚਾ ਲਿਆ ਇਹਨੇ, ਬੜੀ ਮਿਹਨਤ ਕੀਤੀ ਹੈ, ਬੜੀ ਮਿਹਨਤ ਕੀਤੀ ਹੈ। ਕੋਈ ਐਸਾ ਇਨਸਾਨ ਵੀ ਨਹੀਂ ਛੱਡਿਆ ਜਿਹਦੇ ਕੋਲੋਂ ਵੀ ਇਹਨੇ ਵਿਚਾਰੇ ਨੇ ਦੁਆ ਨਹੀਂ ਕੀਤੀ ਵੀ ਕੁਛ ਮਦਦ ਕਰ। ਹਾਂ, ਕਿਉਂਕਿ ਸੰਸਥਾ ਵੀ ਬਹੁਤ ਮਦਦ ਕਰਦੀ, ਇਹਦਾ ਬੱਚਾ ਬਚਿਆ ਤਾਂ ਇਹਦੀ ਮਿਹਨਤ ਹੈ। ਇਹਨੇ ਬਹੁਤ ਬਿਫੋਰ ਟ੍ਰਾਂਸਪਲਾਂਟ ਆਫਟਰ ਟ੍ਰਾਂਸਪਲਾਂਟ ਇਹਨੇ ਮਿਹਨਤ ਕੀਤੀ ਹੈ ਬਹੁਤ। ਇਹ ਪੇਸ਼ੈਂਟ ਨੂੰ ਕਰਨੀ ਚਾਹੀਦੀ ਹੈ, ਪੇਸ਼ੈਂਟ ਦੀ ਜ਼ਿੰਦਗੀ ਬੜੀ ਔਖੀ ਹੁੰਦੀ ਹੈ, ਹਾਈਲੀ ਅਨਕੰਫਰਟੇਬਲ ਹੁੰਦੀ ਹੈ, ਸੋ ਇਸ ਗੱਲ ਨੂੰ ਜ਼ਰੂਰ ਗੌਰ ਕਰਿਆ ਕਰੋ। ਹਲੇ ਲੰਗਰ ਸ਼ੁਰੂ ਨਹੀਂ ਹੋਇਆ ਬਟ ਪੇਸ਼ੈਂਟਸ ਮਿਲਣ ਆਉਣੇ ਸ਼ੁਰੂ ਹੋ ਚੁੱਕੇ ਹਨ ਦਵਾਈਆਂ ਲਈ। ਸੋ ਗੁਰਪੁਰਬ ਮਨਾ ਲਏ, ਤੁਸੀਂ ਮੋਮਬੱਤੀਆਂ ਬਾਲ ਲਈਆਂ, ਸਰ ਬੇਨਤੀ ਇਹੀ ਰਹਿੰਦੀ ਹੈ ਕਿ ਕਿਰਪਾ ਕਰਕੇ ਇੱਥੇ ਆਇਆ ਕਰੋ ਐਵਰੀ ਟਿਊਜ਼ਡੇ ਮੋਰਨਿੰਗ, ਪੀਜੀਆਈ ਐਮਰਜੈਂਸੀ ਗੇਟ ਨੰਬਰ 1 ਦੇ ਬਾਹਰ ਸਵੇਰੇ 6 ਤੋਂ ਲੈ ਕੇ 7:30-8 ਵਜੇ ਤੱਕ ਲੰਗਰ ਚੱਲਦੇ ਹੈ, ਚਾਹ ਦੇ ਬ੍ਰੈਡ ਦੇ ਔਰ ਨਾਲ ਲੰਗਰ ਚੱਲਦੇ ਦਵਾਈਆਂ ਦੇ। ਸੋ ਬਹੁਤ ਸਾਰੇ ਪੇਸ਼ੈਂਟਸ ਨੂੰ ਲੋੜ ਹੁੰਦੀ, ਤੁਸੀਂ ਕਿਤੇ ਨਾ ਕਿਤੇ ਮੋਢਾ ਲਾ ਸਕਦੇ ਹੋ, ਕੰਬਲਾਂ ਦੀ ਬਹੁਤ ਘਾਟ ਹੁੰਦੀ ਹੈ, ਸੋ ਕਿਰਪਾ ਕਰਕੇ ਇਹ ਕਰਿਆ ਕਰੋ। ਸੰਗਤ ਜੀ, ਜਦ ਚਾਹ ਦਾ ਲੰਗਰ ਮੁੱਕਦਾ ਉਸ ਤੋਂ ਬਾਅਦ ਇੱਥੇ 11 ਸੈਕਟਰ ਦਵਾਈ ਦੁਕਾਨ 'ਤੇ ਆਉਂਦੇ ਹਾਂ ਔਰ ਦਵਾਈਆਂ ਪਰਚੇਸ ਕੀਤੀਆਂ ਜਾਂਦੀਆਂ ਨੇ, ਅਤੇ ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਪੀਜੀਆਈ ਗੁਰਦੁਆਰਾ ਸਾਹਿਬ ਦੇ ਬਾਹਰ ਡਿਸਟ੍ਰੀਬਿਊਸ਼ਨ ਚੱਲਦੀ ਹੈ। ਸੋ ਇਸ ਤਰੀਕੇ ਨਾਲ ਸੇਵਾ ਨਿਭਾਈ ਜਾਂਦੀ ਹੈ, ਤੁਹਾਡੇ ਸਾਥ ਦੀ ਹਮੇਸ਼ਾ ਲੋੜ ਹੁੰਦੀ ਹੈ। ਚੰਡੀਗੜ੍ਹ ਮੋਹਾਲੀ ਪੰਚਕੂਲੇ ਦੇ ਵਾਸੀਆਂ ਨੂੰ ਲਗਾਤਾਰ ਅਪੀਲ ਕਰ ਰਹੇ, ਪਲੀਜ਼ ਵੀਡੀਓ ਸ਼ੇਅਰ ਕਰੋ ਤਾਂ ਕਿ ਹੋਰ ਕੰਪੈਸ਼ਨੇਟ ਔਰ ਜਨਰਲ ਸੋਲਸ ਆ ਕੇ ਸੇਵਾ 'ਚ ਸਾਥ ਨਿਭਾ ਸਕਣ। ਐਵਰੀ ਟਿਊਜ਼ਡੇ ਮੋਰਨਿੰਗ ਪੀਜੀਆਈ ਐਮਰਜੈਂਸੀ ਗੇਟ ਨੰਬਰ 1 ਦੇ ਬਾਹਰ ਚਾਹ ਬ੍ਰੈਡ ਰਸ ਦੇ ਲੰਗਰ ਚੱਲਦੇ ਹਨ। ਸਰਦੀਆਂ ਤੁਹਾਨੂੰ ਪਤਾ ਕਿੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ, ਬਹੁਤ ਸਾਰੇ ਮਰੀਜ਼ ਅੱਜ ਵੀ ਸੀਗੇ ਜਿਹੜੇ ਕਿ ਕੰਬਲਾਂ ਦੀ ਬਹੁਤ ਲੋੜ ਪੈਂਦੀ ਹੈ, ਬਲੈਂਕਟਸ ਦੀ ਹੈ ਨਾ, ਤਾਂ ਸਾਨੂੰ ਬੇਨਤੀਆਂ ਨੇ ਪਲੀਜ਼ ਕਰੋ ਬਲੈਂਕਟ ਲੈ ਕੇ ਆਓ ਸਾਡੇ ਕੋਲ ਇੱਥੇ ਆ ਕੇ ਵੰਡੋ ਆਪ ਆਪਣੇ ਹੱਥੋਂ, ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਸੇਵਾ ਹੈ ਨਾ। ਐਵਰੀ ਟਿਊਜ਼ਡੇ ਮੋਰਨਿੰਗ ਸਵੇਰੇ 6 ਤੋਂ ਲੈ ਕੇ 7:30 ਵਜੇ ਤੱਕ ਪੀਜੀਆਈ ਐਮਰਜੈਂਸੀ ਗੇਟ ਨੰਬਰ 1 ਦੇ ਬਾਹਰ। ਭਾਅ ਜੀ ਕਿੰਨੇ ਕਾਰਡ ਆਪਣੇ ਕੋਲ ਅੱਜ? ਇਸ ਟਾਈਮ 12 ਤੋਂ 15 ਤੱਕ 12 ਤੋਂ 15 ਕਾਰਡ ਆ, ਇਹਨਾਂ ਦੀ ਦਵਾਈਆਂ ਲਿੱਤੀਆਂ ਜਾਣਗੀਆਂ, ਫਿਰ ਸ਼ਾਮੀ 5 ਵਜੇ ਪੀਜੀਆਈ ਗੁਰਦੁਆਰੇ ਦੇ ਬਾਹਰ ਇਹ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ। ਸੰਗਤ ਨੂੰ ਵਾਰ ਵਾਰ ਬੇਨਤੀਆਂ ਕਰਦੇ ਹਾਂ, ਪਲੀਜ਼ ਫੈਸਟੀਵਲ ਦਾ ਮੌਸਮ ਹੈ, ਤੁਸੀਂ ਪੀਜੀਆਈ ਦੇ ਵਿੱਚ ਪੇਸ਼ੈਂਟਸ ਨੂੰ ਮੋਢਾ ਜ਼ਰੂਰ ਲਾਓ ਨਾ, ਦਵਾਈਆਂ ਦੀ ਬਹੁਤ ਲੋੜ ਹੁੰਦੀ ਹੈ, ਕੰਬਲਾਂ ਦੀ ਬਹੁਤ ਘਾਟ ਹੈ, ਸਰਦੀਆਂ ਆ ਗਈਆਂ, ਤੁਹਾਨੂੰ ਵਾਰ ਵਾਰ ਬੇਨਤੀਆਂ ਕਰ ਰਹੇ ਹਾਂ ਨਾ, ਬਹੁਤ ਜ਼ਿਆਦਾ ਲੋੜ ਹੈ, ਕਿਰਪਾ ਕਰਕੇ ਆਇਆ ਕਰੋ, ਸਾਥ ਨਿਭਾਇਆ ਕਰੋ।